ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਯੁਵਰਾਜ ਤੇ ਮਾਨਸੀ ਦੀ ਮੈਰਿਜ ਦੀ ਸੈਰੇਮਨੀਜ਼ ਦੇ ਵਿੱਚ, ਤੇ ਅੱਜ ਹੋ ਰਹੀ ਹੈ ਮਾਨਸੀ ਦੀ ਬੈਂਗਲ ਸੈਰੇਮਨੀ, ਤੇ ਇਸ ਬੈਂਗਲ ਸੈਰੇਮਨੀ ਦੇ ਦੌਰਾਨ ਮੈਂ ਗੱਲ ਕਰਨ ਜਾ ਰਿਹਾ ਇਸ ਵੇਲੇ ਯੁਵਰਾਜ ਹੰਸ ਤੇ ਮਦਰ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਮੈਮ, ਕਿੱਦਾਂ ਦਾ ਲੱਗ ਰਿਹਾ ਕਿ ਮਾਨਸੀ ਹੁਣ ਤੁਹਾਡੀ ਨੂੰਹ ਬਣੇਗੀ? ਬਹੁਤ ਅੱਛਾ ਲੱਗ ਰਿਹਾ, ਬਹੁਤ ਅੱਛੀ ਬੇਟੀ ਆ, ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੇਰੇ ਜੁਵੀ ਦਾ ਅੱਜ ਵਿਆਹ। ਅੱਛਾ ਲੱਗ ਰਿਹਾ ਬਹੁਤ ਜ਼ਿਆਦਾ। ਜਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਮਾਨਸੀ ਜਿਹੜੀ ਹੈ ਤੁਹਾਡੀ ਨੂੰਹ ਬਣਨ ਲੱਗੀ ਹੈ, ਜਦੋਂ ਯੁਵਰਾਜ ਨੇ ਦੱਸਿਆ, ਕਿਉਂਕਿ ਦੋਨਾਂ ਦੀ ਲਵ ਮੈਰਿਜ ਹੈ, ਕੀ ਰਿਐਕਸ਼ਨ ਸੀਗਾ ਤੁਹਾਡਾ ਉਸ ਟਾਈਮ ਤੇ? ਓਕੇ ਰਿਐਕਸ਼ਨ ਸੀਗਾ ਕਿ ਦੋਨੋਂ ਜਣੇ ਇੱਕ ਦੂਸਰੇ ਨੂੰ ਪਸੰਦ ਕਰਦੇ, ਇੱਕ ਦੂਸਰੇ ਨੂੰ ਸਮਝਦੇ ਆ, ਇਹਦੇ ਵਿੱਚ ਮੈਨੂੰ ਸਾਨੂੰ ਨਹੀਂ ਹੋਣਾ ਚਾਹੀਦਾ, ਇਸ ਕਰਕੇ ਅਸੀਂ ਵਿੱਚ ਆ ਕੇ ਖੁਸ਼ੀ ਖੁਸ਼ੀ ਸਾਰਾ ਕੁਛ ਉਹਨੂੰ ਇਜਾਜ਼ਤ ਦੇ ਦਿੱਤੀ ਸੀ। ਵੈਸੇ ਕਹਿੰਦੇ ਨੇ ਕਿ ਸੱਸ ਤੇ ਨੂੰਹ ਦਾ ਜਿਹੜਾ ਰਿਸ਼ਤਾ ਹੁੰਦਾ ਥੋੜਾ ਜਿਹਾ ਨੋਕ ਝੋਕ ਵਾਲਾ ਹੁੰਦਾ, ਤੁਹਾਡਾ ਇਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ, ਜਦੋਂ ਤੁਸੀਂ ਇਹਨਾਂ ਨਾਲ ਗੱਲ ਮਿਲੇ ਸੀ, ਕਿੱਦਾਂ ਦਾ ਰਿਸ਼ਤਾ ਰਿਹਾ ਸੀ ਉਸ ਟਾਈਮ ਤੋਂ ਬਾਅਦ? ਰਿਸ਼ਤਾ ਬਹੁਤ ਵਧੀਆ, ਅਸੀਂ ਦੋਸਤ ਹਾਂ, ਅਸੀਂ ਨੌ ਸੱਸ ਨਹੀਂ ਹਾਂ, ਕਿਉਂਕਿ ਅੱਜ ਕੱਲ੍ਹ ਦਾ ਮਾਡਰਨ ਜ਼ਮਾਨਾ, ਠੀਕ ਹੈ ਨਾ, ਬੱਚਿਆਂ ਨਾਲ ਜਦੋਂ ਤੁਸੀਂ ਰਹਿੰਦੇ ਹੋ ਉਹਨਾਂ ਦੇ ਨਾਲ ਚੱਲਣਾ ਪੈਂਦਾ, ਜਦੋਂ ਬੈਕ ਅਸੀਂ ਦੇਖਦੇ ਹਾਂ ਆਪਣੀ, ਅਸੀਂ ਚਾਹੁੰਦੇ ਕਿ ਜੋ ਸਾਡੀ ਬੈਕ 'ਤੇ ਹੋਇਆ ਉਹ ਬੱਚਿਆਂ ਦੇ ਨਾਲ ਨਾ ਹੋਵੇ, ਠੀਕ ਹੈ ਨਾ, ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਅਤੇ ਜਦੋਂ ਮਾਨਸੀ ਤੁਹਾਨੂੰ ਪਹਿਲੀ ਵਾਰੀ ਮਿਲੇ ਸੀ ਆ ਕੇ, ਉਦੋਂ ਤੁਸੀਂ ਕਹਿੰਦੇ ਨਾ ਕਿ ਜਦੋਂ ਨੂੰਹ ਪਹਿਲੀ ਵਾਰੀ ਘਰ ਆਉਂਦੀ ਹੈ, ਜੋ ਜਾਂ ਬਗਨ ਧੀ ਆਪਾਂ ਘਰ ਲੈ ਕੇ ਆਉਂਦੇ ਹਾਂ, ਉਦੋਂ ਕੋਈ ਮੂੰਹ ਦਿਖਾਈ ਦਿੰਦਾ, ਤਾਂ ਤੁਸੀਂ ਇੱਦਾਂ ਦਾ ਕਿਹੜਾ ਤੋਹਫ਼ਾ ਦਿੱਤਾ ਸੀ ਮਾਨਸੀ ਨੂੰ? ਮੈਨੂੰ ਡਾਇਮੰਡ ਦਾ ਸੈੱਟ ਦਿੱਤਾ ਸੀ, ਹਾਂ ਹਾਂਜੀ, ਮੂੰਹ ਦਿਖਾਈ ਦਾ ਜਿਹੜਾ ਪਾਇਆ ਹੋਇਆ ਹੁਣ ਉਹਨੇ, ਤਾਂਹੀਓ ਤੁਹਾਨੂੰ ਜਿਹੜੀ ਨੂੰਹ ਹੈ ਤੁਹਾਡੀ ਡਾਇਮੰਡ ਵਰਗੀ ਤੁਹਾਨੂੰ ਨੂੰਹ ਮਿਲੀ ਹੈ, ਅਤੇ ਕੀ ਮੈਸੇਜ ਦੇਣ? ਜੁਵੀ ਦਾ, ਜੁਵੀ ਮੇਰਾ ਬਹੁਤ ਸ਼ਰਾਰਤੀ ਬੇਟਾ, ਸਭ ਤੋਂ ਕਿਊਟ, ਸਭ ਤੋਂ ਪਿਆਰਾ, ਮੇਰਾ ਲਾਡਲਾ ਲਵਰਾਜ ਹੰਸ ਵੱਡਾ, ਔਰ ਯੁਵਰਾਜ ਹੰਸ, ਇਹ ਮੇਰੀ ਦੋਨੋਂ ਜਾਨ ਨੇ, ਇੱਕ ਮੇਰੇ ਰਾਮ ਲਖਨ ਜੈਸੇ ਬੋਲਤੇ ਹੈ ਐਸਾ ਹੈ ਮੇਰੇ ਸਾਥ, ਔਰ ਹਮ ਲੋਕ ਦੋਸਤ ਹੈ, ਦੋਸਤੋਂ ਕਿਸ ਤਰ੍ਹਾਂ ਬਾਤ ਕਰਤੇ ਹੈਂ, ਕੋਈ ਵੀ ਸ਼ਾਦੀ ਕੀ ਬਾਤ ਹੋਈ ਥੀ, ਪਹਿਲੇ ਸ਼ੁਰੂ ਹੋਈ ਥੀ, ਤੋ ਯੁਵਰਾਜ ਨੇ ਮੇਰੇ ਸੇ ਪੂਛਾ ਥਾ, ਮਾਂ ਮਮਾ ਜੇ ਹੋ ਰਹਾ ਹੈ, ਮੈਂ ਆਪਕੋ ਕੈਸਾ ਲੱਗ ਰਿਹਾ, ਮੈਂ ਕਿਹਾ ਬੇਟਾ ਆਪਕੀ ਪਸੰਦ ਹੈ, ਹਮ ਦੋਨੋਂ ਕੀ ਪਸੰਦ ਹੈ, ਕੋਈ ਬਾਤ ਨਹੀਂ, ਜੈਸੇ ਆਪਕੋ ਅੱਛਾ ਲੱਗਤਾ ਹੈ ਆਪ ਕਰੋ, ਮੈਂ ਬਹੁਤ ਹਮ ਦੋਨੋਂ ਮਾਈ ਹਸਬੈਂਡ ਐਂਡ ਮੀ ਬਹੁਤ ਜ਼ਿਆਦਾ ਖੁਸ਼। ਜਿੱਦਾਂ ਨਵਰਾਜ ਦੇ ਪਹਿਲੇ ਵਿਆਹ ਹੋਇਆ ਸੀ, ਉਦੋਂ ਵੀ ਤੁਸੀਂ ਬਹੁਤ ਜ਼ਿਆਦਾ ਜਿਹੜੀਆਂ ਖੁਸ਼ੀਆਂ ਮਨਾਈਆਂ ਸੀ, ਹੁਣ ਯੁਵਰਾਜ ਦਾ ਵਿਆਹ ਹੋ ਰਿਹਾ, ਤਾਂ ਵੀ ਬਹੁਤ ਖੁਸ਼ੀਆਂ ਮਨਾ ਰਹੇ ਹੋ, ਹੈ ਨਾ, ਅਤੇ ਕੀ ਜਦੋਂ ਨਵਰਾਜ ਦੀ ਵਾਈਫ ਆਏ ਸੀ, ਹੁਣ ਯੁਵਰਾਜ ਦੀ ਵਾਈਫ ਆਏ, ਤੁਸੀਂ ਮਾਨਸੀ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਮਾਨਸੀ ਨੂੰ ਇਹੀ ਕਹਾਂਗੀ ਕਿ ਇੱਕ ਅੱਛੀ ਬੇਟੀ, ਔਰ ਮੈਂ ਉਹਨੂੰ ਇੱਕ ਅੱਛੀ ਮਾਂ ਬਣ ਕੇ ਦਿਖਾਵਾਂ, ਤਾਂ ਕਿ ਸਾਡਾ ਰਿਸ਼ਤਾ ਨੌ ਸੱਸ ਦਾ ਨਾ ਹੋਵੇ, ਦੋਸਤ ਦਾ, ਇੱਕ ਮਾਂ ਬੇਟੀ ਦਾ ਰਿਸ਼ਤਾ ਹੋਵੇ, ਜਿਹਨੂੰ ਕਿ ਹਮੇਸ਼ਾ ਲਈ ਹੀ ਨਿਭਾਇਆ ਜਾਵੇ, ਠੀਕ ਹੈ। ਥੈਂਕ ਯੂ ਮੈਮ, ਥੈਂਕਸ ਅ ਲੋਟ ਜੀ। ਹਾਂਜੀ, ਸੋ ਇਹ ਸਨ ਮੇਰੇ ਨਾਲ ਯੁਵਰਾਜ ਹੰਸ ਦੇ ਮਦਰ, ਯਾਨੀ ਕਿ ਹੰਸਰਾ ਹੰਸ ਜੀ ਦੀ ਵਾਈਫ, ਜਿਹਨਾਂ ਨੇ ਦੱਸਿਆ ਕਿ ਮਾਨਸੀ ਜਦੋਂ ਉਹਨਾਂ ਨੇ ਜ਼ਿੰਦਗੀ 'ਚ ਆਏ ਸੀ ਉਹ ਬਹੁਤ ਖੁਸ਼ ਹੋਏ ਸੀ, ਅਤੇ ਇੱਦਾਂ ਦੀ ਹੋਰ ਐਕਸਕਲੂਸਿਵ ਅਤੇ ਲਾਈਵ ਫੁਟੇਜ ਤੁਹਾਨੂੰ ਆਪਾਂ ਦਿੰਦੇ ਰਹਾਂਗੇ ਦੈਨਿਕ ਸਵੇਰਾ ਦੇ ਵੱਲੋਂ, ਕਿਉਂਕਿ ਦੈਨਿਕ ਸਵੇਰਾ ਇਸ ਵੇਲੇ ਕਰ ਰਿਹਾ ਐਕਸਕਲੂਸਿਵ ਕਵਰੇਜ ਯੁਵਰਾਜ ਅਤੇ ਮਾਨਸੀ ਦੀ ਵੈਡਿੰਗ ਦੀ। ਮੈਂ ਸਾਹਿਲ ਨਰੂਲਾ, ਕੈਮਰਾਮੈਨ ਵਰਿੰਦਰ ਦੇ ਨਾਲ, ਦੈਨਿਕ ਸਵੇਰਾ ਟੀਵੀ, ਜਲੰਧਰ।